ਆਓ ਜੀ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ ਖੋਰਨੇ ਵਲੋਗ ਦੇ ਵਿੱਚ। ਬਲੋ ਸਾਈ ਭਾਈ ਨੂੰ ਕੀ ਹਾਲ ਚਾਲ? ਵਧੀਆ ਜੀ ਵਧੀਆ। ਨਵੇਂ ਵਲੋਗ ਦੇ ਨਾਲ? ਹਾਂ ਜੀ ਬਿਲਕੁਲ। ਤੇ ਇੱਧਰ ਆਪਣੇ ਭਾਈ ਫੀਡ ਦੀ ਦੁਕਾਨ ਆ ਭਾਈ ਉਹਨਾਂ ਦੀ। ਉਹੀ ਬਸ ਦੱਸਦੀ ਹੈ ਸੌਂਗ ਗੱਲ ਚੱਲਦਾ ਰਹਿੰਦਾ। ਇਹ ਜ਼ਰੂਰੀ ਆ। ਦੇਖੋ ਇੱਧਰ ਉਸਤਾਦ ਲੱਗਿਆ ਪਿਆ ਹਰਮਨ। ਹੈ ਉਸਤਾਦ ਇੱਧਰ ਤਾਂ ਝੱਕਦੇ ਮਾੜਾ ਯਾਰ, ਤੂੰ ਐਂ ਨਾ ਕਰ, ਹੁਣ ਗੁੱਸਾ ਨਾ ਕਰ ਯਾਰ। ਪੂਰਾ ਕੈੜਾ ਹੋ ਕੇ ਲੱਗਿਆ ਪਿਆ ਚੋਪਰ ਕਹਿੰਦੇ। ਤੇ ਇੱਧਰ ਬੂਫਰਾਂ ਦੀ ਫਿਟਿੰਗ ਚੱਲੀ ਜਾਂਦੀ ਆ। ਔਰ ਉਸਤਾਦ ਕਿਵੇਂ ਲਾਦੇ ਫਿਰ ਬੂਫਰ? ਸੈਟ ਆ ਜਾਵਾਂ? ਠੀਕ ਹੈ। ਇੱਧਰ ਦੇਖੋ ਬੂਫਰਾਂ ਦੀ ਫਿਟਿੰਗ ਚੱਲੀ ਜਾਂਦੀ ਆ, ਕਿੱਕਰ ਦੇ ਲਾ ਤੇ ਕਹਿੰਦੇ। ਦੇਖ ਕੇ ਆਰਾਮ ਨਾਲ ਆਰਾਮ ਨਾਲ ਕਾਹਲੀ ਨਹੀਂ ਕਰਨੀ ਜਮਾ, ਸਿੱਧੇ ਲਾਈ ਲੈਵਲ ਚ ਲੈਵਲ ਲਿਆਵਾਂ ਚੱਕ ਕੇ। ਤੇ ਸਾਰੇ ਬੂਫਰ ਫਿੱਟ ਕਰਦੇ ਆ, ਅੱਜ ਦਾ ਹੋ ਜਾਵੇ ਬਸ। ਇਹਨੂੰ ਲੈਦਰ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਉਹ ਸੀਗਾ ਫਰੇਮ ਜਿਹਾ, ਉਹ 'ਤੇ ਲੈਦਰ ਲਾਉਣ ਲੱਗੇ ਆ ਹੁਣ। ਇਹ ਤਾਂ ਲੈਦਰ ਲਾਉਣ ਸਾਰ ਇਹਨੂੰ ਵੀ ਜੜਦੇ ਆ, ਉਹਦੇ 'ਚ ਜੜ ਕੇ ਇਹ ਇਕੱਲਾ ਇਕੱਲਾ ਜੜੂ ਪਹਿਲਾਂ। ਅੱਛਾ ਇਕੱਠਾ ਕਰਤਾ ਪਈਆਂ ਨੇ ਪੇਚ ਲਾ ਕੇ, ਖੁੱਲ੍ਹ ਕੇ ਲੱਗ ਜੂ ਸ਼ਾਇਦ। ਇਹਨੂੰ ਲੈਦਰ ਪਹਿਲਾਂ ਲੱਗੂ ਫਿਰ ਇਹਨੂੰ ਲੱਗੂਗਾ। ਆਹ ਵੀ ਖੋਲ੍ਹ ਕੇ ਇਹਨਾਂ ਨੂੰ ਅਲੱਗ ਲੈਦਰ ਲੱਗਣਾ ਗਾ, ਇਹਨਾਂ 'ਤੇ ਲੈਦਰ ਹੋਰ ਲੱਗਣਾ। ਅਤੇ ਚਲੋ ਕਰੀ ਜਾਂਦੇ ਹਾਂ ਕੰਮ ਕਰ, ਹੈ ਨਾ। ਅਤੇ ਜਦੋਂ ਨਿਪੜੀ ਜਾਂਦਾ ਨਾਲ ਦੀ ਨਾਲ ਤੁਹਾਨੂੰ ਦਿਖਾਈ ਚੱਲਾਂਗੇ। ਲਓ ਜੀ ਮੁੰਡਾ ਮਿਲਣਾ ਆ ਆਪਾਂ ਨੂੰ, ਕਿੱਥੋਂ ਕਿਹੜੇ ਪਿੰਡ ਤੋਂ? ਮਿਰਜ਼ਾਪੁਰ ਤੋਂ ਵੀਰੇ। ਠੀਕ ਆ ਭਾਈ, ਕਹਿੰਦਾ ਵਲੋਗ 'ਚ ਆਉਣਾ ਹੈ, ਕੱਲ੍ਹ ਨੂੰ ਆ ਜਾਵੇ। ਠੀਕ ਆ, ਕੱਲ੍ਹ ਨੂੰ ਵਲੋਗ 'ਚ। ਅਤੇ ਡਾਂਸ ਰੀਲ ਜਿੱਦਾਂ ਤੁਹਾਨੂੰ ਪਤਾ ਚੱਲੀ ਜਾਂਦਾ, ਉਹ ਅੰਦਰ ਲੈ ਕੇ ਚੱਕ ਕੇ ਦੇਖੋ, ਅੰਦਰ ਰੱਖਣ ਲੱਗਿਆ ਉਹਦਾ ਫਰੇਮ ਦਾ ਪੇਂਟ ਕਰਦੇ ਆ। ਲਓ ਜੀ ਆ ਫਰੇਮ ਦਾ ਕਰਨ ਲੱਗੇ ਫਾਈਨਲ। ਅਤੇ ਇਹ 'ਤੇ ਬਲੈਕ ਲੈਦਰ, ਇਹ 'ਤੇ ਰੈਡ ਵਾਲਾ ਲਾਈਨਿੰਗ ਵਾਲਾ ਜਿਹੜੇ ਆਪਾਂ ਲੈ ਕੇ ਆਏ ਸਿੰਦੌਰ ਤੋਂ। ਸਿੰਦੌਰ ਤੋਂ? ਲਓ ਜੀ ਮਿੱਤਰੋ, ਸਾਈ ਭਾਜੀ ਆ ਟਰੈਕਟਰ ਲੈ ਕੇ ਚੱਲੇ ਸੀ ਹੁਣ ਖੇਤ, ਨਈ ਟਰਾਲੀ ਕੱਢਣੀ ਸੀ, ਐ ਕੱਢ ਲਿਆ ਉਲਟੀ ਚੈੱਕ। ਲਾ ਦੀਏ ਡੋਰ ਅਤੇ ਚੱਲਦੇ ਹਾਂ ਬਸ ਹੁਣ ਆਪਾਂ ਟਰੈਕਟਰ ਲੈ ਕੇ, ਚੱਕ ਪੂਰੀ ਮੋਟਰਸਾਈਕਲ ਚੱਕ ਚੱਲੀਏ। ਵਧ ਮਿਹਨਤੀ ਬੰਦਾ ਯਾਰ, ਤੁਸੀਂ ਮੰਨਦੇ ਕਿਉਂ ਨੀ ਯਾਰ? ਦੱਸ ਆਜਾ ਆਜਾ ਆਜਾ, ਚਾਹ ਪੀ ਗਈ ਨਾ ਨਾ ਬਸ ਕਰੋ ਗੱਲਬਾਤ। ਲੱਗ ਗਿਆ ਉਹ ਅੰਦਰਲੀ ਸਾਈਡ ਆ ਤਾਂ ਕਰਕੇ ਉੱਥੇ ਲੈਦਰ ਨਹੀਂ ਲਾਇਆ। ਇਹਦੇ ਉੱਪਰਲਾ ਫਰੇਮ ਕਿੱਥੇ ਆ? ਇਹਦੇ ਉੱਪਰਲਾ ਉਹ ਪੀਸ ਕਿੱਥੇ ਹੈਗਾ? ਇੱਕ ਮਿੰਟ, ਉਹ ਤਾਂ ਰਹਿੰਦਾ ਲੈਦਰ ਲਾਉਣਾ, ਆਹ ਸੀਗਾ, ਇਹਦੇ ਵੀ ਲੈਦਰ ਲਾਉਣੇ ਆ ਹੈ ਨਾ। ਪਹਿਲਾਂ ਗੱਡੀ 'ਚ 10 ਇੰਚੀ ਚਲਾ ਕੇ ਦੇਖਿਆ, ਆਹ ਦੇਖੋ ਤੁਹਾਨੂੰ ਮੈਂ ਦਿਖਾਉਣਾ, ਇੱਕ ਮਿੰਟ ਕਿੱਥੇ ਗਿਆ, ਮਤਲਬ ਲੈ ਵੀ ਗਏ ਖੋਲ੍ਹ ਕੇ ਇੰਨੀ ਛੇਤੀ? ਉਹ ਲੈ ਵੀ ਗਏ ਖੋਲ੍ਹ ਕੇ 10 ਇੰਚੀ? ਬੱਲੇ ਹੋਏ ਸ਼ੇਰੋ, ਬੜੇ ਕਾਲੇ ਹੋ, ਉਹ ਤਾਂ ਲੈ ਵੀ ਗਏ ਖੋਲ੍ਹ ਕੇ ਗੱਡੀ 'ਚੋਂ ਖੋਲ੍ਹ ਕੇ ਰੱਖ ਲਿਆ ਰੱਖ ਦਿੱਤਾ ਇਹਨੇ ਦੱਸਤਾ। ਲਓ ਜੀ ਚੱਲੀ ਜਾਂਦਾ ਕੰਮ, ਇੱਥੇ ਵੀ ਲਾ ਦਾਂਗੇ ਨਾ ਕੁਛ, ਆਹ ਥੋੜ੍ਹਾ ਜਿਹਾ ਦਿਖਦਾ, ਇਹਦੇ 'ਤੇ ਵੀ ਕੁਛ ਲਾ ਦਾਂਗੇ, ਫਿਰ ਦਿਖਣਾ ਹੱਟ ਜੂਗਾ। ਲਓ ਜੀ ਚੋਪਰ ਛਤਰੀ ਫਿੱਟ ਕਰਨ ਲੱਗੇ ਸੀਗੇ, ਹੋਏ ਡਾਊਨ ਸੀਲਿੰਗ, ਉਹ ਤੋਂ ਬਾਅਦ ਛਤਰੀ ਫਿੱਟ ਕਰਾਂਗੇ। ਦੇਖੋ ਇਹ ਜ਼ਰੂਰੀ ਸੀ, ਜਦੋਂ ਇਹ ਫਿੱਟ ਹੋ ਗਈ ਉਸ ਤੋਂ ਬਾਅਦ ਆਪਣੇ ਉਹ ਬੂਫਰ ਕਸੇ ਜਾਣੇ ਮੂਹਰਲੇ, ਇਹ 'ਤੇ ਸਿਰਤੀ ਸੀ ਸਾਰਾ ਕੁਛ। ਇੱਕ ਵਾਰ ਇਹ ਫਿੱਟ ਹੋ ਜਾਵੇ ਫਿਰ ਉਹਦਾ ਅੱਗੇ ਦਾ ਕੰਮ ਕਰੀ ਜਾਵਾਂਗੇ ਹੌਲੀ ਹੌਲੀ। ਉਹ ਪੱਤੀ ਅੰਦਰ ਨੂੰ ਤੱਕ, ਇੱਕ ਮਿੰਟ ਮੈਂ ਆਉਣਾ ਉੱਤੇ। ਲਓ ਜੀ ਫਾਈਨਲੀ ਕਰਤੀ ਫਿੱਟ, ਕੀ ਤੂੰ ਮਾਹੌਲ ਨਾ ਕਰ, ਬਹੁਤ ਜ਼ੋਰ ਲੱਗ ਗਿਆ, ਪੱਤੀਆਂ ਥੋੜ੍ਹੀਆਂ ਜਿਹੀ ਟਾਈਟ ਸੀਗੀਆਂ ਅਤੇ ਬਾਕੀ ਹੋ ਗਈ ਫਿੱਟ। ਮੂਹਰੋਂ ਮੜੇ ਤਾਹਾਂ ਚੱਕ ਦਿਓ ਨਾ, ਹਾਂ ਇੱਥੇ ਹਾਂ ਬਸ ਓਕੇ ਆ, ਟਾਈਟ ਕਰ ਇੱਥੇ ਟਾਈਟ ਕਰ ਦਿਓ। ਕਿੰਨੀ? ਲਓ ਜੀ ਅਤੇ ਮੂਹਰੋਂ ਤੁਹਾਨੂੰ ਲੁੱਕ ਚੈੱਕ ਕਰਾਵਾਂ, ਇਹ ਕੁਛ ਇੱਦਾਂ ਦੀ ਆ ਜਿਹੜੇ ਉਹ ਫੱਟੇ ਜੇ ਬਜਾ ਜ਼ਿਆਦਾ ਤੁਹਾਨੂੰ ਬਾਹਰ ਨੂੰ ਦਿੰਦੇ ਨਾ, ਇੱਕ ਤਾਂ ਛਤਰੀ ਲੱਗੀ ਤਾਂ ਸੋਹਣੇ ਲੱਗਣਗੇ, ਇੱਕ ਉੱਥੇ ਜਦੋਂ ਉਹ ਡੱਬੀਆਂ ਲੱਗ ਜਾਣਗੀਆਂ ਜਿਹੜੀਆਂ ਲਾਈਟਾਂ ਵਾਲੀਆਂ, ਉਹਦੇ ਨਾਲ ਜ਼ਿਆਦਾ ਗੱਲ ਬਣ ਜਾਣੀ, ਇੱਕ ਸਕਰੀਨ ਪੈ ਜਾਣੀ ਆ, ਅਤੇ ਬਾਕੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ। ਇਹ ਕਰੋ ਹੁਣ ਘੈਂਟ ਲੱਗਦਾ ਪੂਰਾ, ਅਤੇ ਬਾਕੀ ਬੂਫਰ ਫਿੱਟ ਕਰਦੇ ਹੁਣ ਜਿਹੜੇ ਰਹਿ ਗਏ ਉੱਪਰਲੇ ਵੀ, ਅਤੇ ਬਾਕੀ ਸਾਰੇ ਬੂਫਰ ਸਾਰੇ ਆਪਣੇ ਸਪੀਕਰ ਵਗੈਰਾ ਸਾਰਾ ਕੁਝ ਫਿੱਟ ਕਰਕੇ ਉਦੋਂ ਬਾਅਦ ਚੱਲਦਾ ਕਰਦੇ ਹਾਂ, ਹੈ ਨਾ। ਇਹ ਕਰਦੇ ਅੱਗੇ ਦੀ ਗੱਲਬਾਤ, ਕੀ ਕਰੀ ਜਾਂਦਾ ਗੁਰੀ ਯਾਰ, ਦਿਮਾਗ 'ਚ ਫਰਕ ਪਿਆ ਥੋੜ੍ਹਾ ਜਿਹਾ ਯਾਰ, ਵਿਹਲੇ ਖੜੇ ਕਰੀ, ਚੱਲ ਕੋਈ ਨਾ। ਲਓ ਜੀ ਹੁਣ ਲੱਗੇ ਸੀ ਬੂਫਰ ਫਿੱਟ ਕਰਨ, ਅਤੇ ਕਰ ਦਈਏ ਸਾਰੇ ਵਾਰੀ ਵਾਰੀ। ਪਹਿਲਾਂ ਲੱਗਾਂਗੇ 15 ਇੰਚੀ ਫਿੱਟ ਕਰਨ, ਆਹ ਪਿਆ 15 ਇੰਚੀ, ਖੋਲ੍ਹੋ ਅਤੇ ਕਰੋ ਫਿੱਟ, ਆਇਆ 15 ਇੰਚੀ ਫਿੱਟ ਕਰਦੇ ਹਾਂ ਪਹਿਲਾਂ। ਚਲੋ ਮੁੰਡਾ ਕਹਿੰਦਾ ਪਹਿਲਾਂ 10 ਇੰਚੀ ਫਿੱਟ ਕਰਾਂਗੇ, ਚਲੋ ਜਿਵੇਂ ਥੋੜ੍ਹਾ ਜੀ ਕਰੇ ਉਵੇਂ ਕਰ ਲਓ। ਲਓ ਮਿੱਤਰੋ ਬੂਫਰ ਵਗੈਰਾ ਖੋਲ੍ਹਣ ਲੱਗੇ ਸੀਗੇ ਬਾਕਸਾਂ 'ਚੋਂ, ਆਹ ਦੇਖੋ 3 ਪਏ ਆ ਖੋਲ੍ਹ ਕੇ ਰੱਖੇ ਹੋਏ, ਬਾਕੀ ਵੀ ਖੋਲ੍ਹੀ ਜਾਂਦੇ ਹਾਂ, ਅਤੇ ਲੱਗਦੇ ਹਾਂ ਫਿਰ ਹੁਣ ਫਿੱਟ ਕਰਨ ਸਾਰੇ।
करता काम शुरू ऊपर फिट करन दा। देखो तीन उधरले फिट करके फिर तीन उधरले फिर 15 इंची बाई लाइन बाय लाइन करांगे क्योंकि फिर वायरिंग का ना चक्कर ना पवे, वायरिंग नाल दे ना करी चलेंगे। लो जी बूफर की फिटिंग चल रही है ते पिछले बूफर जो फिट नहीं किए एक करके देखा सी थोड़ा जिहा इत्थे चक्कर पैंदा सीगा वो कट पता वह उतले च पता हूँ बस तो स्टेपलर लाने रह गए ना इतने ही पाना थोड़ा जहा अरे तो पा दे सही आ जाने बुखर है ना पहला थोड़ा जा चक्कर जहा बंदा सी ओके आ जावा कर दे फिट आओ जी मूहरे वाले तो साइड वाले दुने पासे वाले सब बुफर जिहड़े ने वह फिट हो चुके आ ते पिछे वाले रह गए पिछे वाले फिट कर लगे आ अपने बंदे है ना 15 इंची ये भी फिट करके तो उपर देखते हैं भी सीए दियाँ मिडर लाइनियां ने जां फिर रॉकफोर्ड दियाँ अपने 6 इंची स्पीकर लाने गए देखते हैं किहड़े लाने क्योंकि अपने हुड च भी लगे ना दो स्पीकर तो उस हिसाब नाल तुहानू दस दांगे फिर आपां किहड़े लाने आ है ना। लो जी नेरा हो चलिया पर काम कहिंदे जोरां सोरां चली जांदा गा इधर मुंडा न्यौन लाई जांदा गा ना आ देखो इन्हें इतने न्यौन लाई जांदा गा तो इधर देख लो आ जिहड़ा अपना फ्रंट वाला मतलब बिचला गा डाउन सीलिंग दे इहदे ते लाइटिंग करती नाल जिहड़े न्यौन लाती तो यह हो गया डन तो ये आप चोबर लिख के लाना गा बहुत ही घेंट जो फोन तो आ जा कर सी इधर आह पीस ने गए जिहड़े अपने मतलब साइड पर लगने वे मूहरले फ्रेम के तो हूँ तक बहुत घेंट लगन लग गया देखो पिछों भी सोहना बॉल आ किकर के बहुत सोहने बॉल आ दिया तो एक मिनट मूहर तो भी दिखा दिना तो बाकी तो सवेरे पता लगू डाउन सीलिंग जी अपनी LCD तो हुआ वह सवेरे फिट करा क्योंकि सवेरे मिस्त्री आ जाएंगे उन्होंने पता को उन्होंने आपके हिसाब न बनाई है ना तो वो फिट कर देंगे आपदे आप है ना तो यदा एक फ्रेम बना भी सवेरे बनूगा इतने बनना गा एक है ना इत जाली ला के बुरा ला दाता करके तो वो उत्थे कुछ ला देंगे वो खाली जगह तो देख के तुम दस देंगे नाल दी नाल रोटी खाने आए थे ढाबे से। हाँ जी गुरजीत जी की हाल चाल वधिया जी वधिया तो ला था। लो जी अज है अगली सवेर रात असं मतलब कम करी गए थे फिर बेदी गड्डी सौ गए थे है ना तो हूँ सवेरे आए थे घरे साहिब आई दे एक नहा के नहा धो के है ना रेडी हो गए दोबारे तो हूँ आप चलते शॉप ते जाके है ना कम कुम कराने अज शायद डन हो जाए ट्रैक्टर अपना तो बड़ा वधिया अज डन हो जाए ना उरी हो ही जाना अज तो कम बहुत खिंचता रात तुम चल के दिखाने की काम करता चलो चलिए करा जाके तुम दिखाने। लो जी चोबर को पहुँच गए करो चेक मिड रेंज आ करती फिट तो करो वह CA दे लाइया इन्हें CA का लोगो उतार देना अपना तो वो कोई होर लोगो ला देंगे तो बाकी रात इन्ना वधिया दिखता नहीं हूँ दिखा दिना तुम्हें देखो इधर कहते मुंडे ने पैरदान खोलते बैटरियां रखन लगे सी चलाना ना सिस्टम तां करके तो आटापा खोलता बैटरी वाला फिलहाल आप तीन ही बैटरियां रख रहे हैं तो दो बैटरियां बाद चो रखा क्योंकि किकर नूं बहुत करंट कट की लोड़ होंगी आ जे आप कदे बूफर चेंज करने या होर करना हो फिर आप बैटरियां धार लाँगे होर है ना फिलहाल तो लोड़ है नहीं तो फिलहाल की कर रहे हो उस्ताद जी डाउन सीलिंग ठीक है मित्रों तो एम्प तो पहले ही बहुत सी बाकी एक फोर चलना का जो असं छतरी रखन लगे हैं खड़े सुन दुकान उपर चढ़ के आ करो चेक आ फोर चैनल की जगह नहीं होंगी सी किसी पास क्योंकि उधर एक मोनो होर आना तो यह छतरी चलाता एक आह टू चैनल लाया ये टू चैनल अपने ट्विटर चलाऊगा ठीक है जे मूहरे दो ट्विटर ने वो चलाऊगा तो आ अपने तीन CA की मिडर चलाऊगा तो दो रॉकफोर्ड चलाऊगा ये ठीक है ये तो सारे चले जाने बाकी आ ग फोर चैनल हैगा ये मूहरले चार स्पीकर चलाऊगा तो ट्विटर असं आज टाइम पता ला रहे हैं क्योंकि वो ज़्यादा आप सैटिंग नहीं कर सकते जे ज़्यादा छिड़का नहीं करा तो ट्विटर खराब हो जाते करके LCD के फ्रेम से थोड़ा बदलाव किया गा ये ना पहला जाने की फिट की इधर न तो बाद चो पता लग्या डाउन सीलिंग से जो धर के देखा भी पुट्ठी लाती कारण मेरे भी फिर हूँ इधरों पट्टी कट के ना थोड़े होर बनाया गया जुगाड़ हूँ इधर कर रहे हैं गलती ना पुट्ठी ला गई थी सातों चलो कोई ना होंगे रहा चलता रहता गलतियां बंद तो ही होंगे ये वायरिंग का काम चल रहा देखो अर्थ चक लिया इतों तो जोड़ा बैटरिया का अर्थ सगा बैटरिया का अर्थ आप इतने देता बैटरी से इतने जाने की बॉडी देता आप जी मेन वायर सी दोनों की कट्ठी करके तो अल्टीनेटर तो भी तार पाती दोनों की मेन वायर कट्ठी करके आप ले आ वाली देखो ठीक है
ਉਸੀ ਜਿਹੜੀ ਮੇਨ ਵਾਇਰ ਤੇ ਬੂਫਰਾਂ ਦੀ ਵਾਇਰਿੰਗ ਹੋ ਗਈ ਉਧਰ ਓਵਲਾਂ ਦੀ ਵਾਇਰਿੰਗ ਹੋ ਗਈ ਤੇ ਹੁਣ ਆਪਾਂ ਪਹਿਲਾਂ 15 ਇੰਚ ਟੈਸਟ ਕਰਾਂਗੇ ਫਿਰ 10 ਇੰਚ ਉਸ ਹਿਸਾਬ ਨਾਲ ਇਹਦੇ ਪੋਰਟ ਕੱਢਾਂਗੇ ਤੇ ਫਿਰ ਤੁਹਾਨੂੰ ਅੱਗੇ ਅੱਗੇ ਦੱਸਦੇ ਹਾਂ ਕੀ ਬਣਦਾ ਹੈ ਨਾ ਜਦੋਂ 15 ਇੰਚ ਦੋ ਚਲਾ ਕੇ ਚੈੱਕ ਕਰ ਰਹੇ ਸੀਗੇ ਪਿਆਰੇ ਪਿਆਰੇ ਜੇ ਵੱਜਦੇ ਆ ਨਾ ਨਾਲ ਵੀ ਪਤਾ ਲੱਗਦਾ ਹੈਗੀ ਆ ਗੱਲ ਲਓ ਜੀ 15 ਇੰਚ ਦਾ ਤੁਸੀਂ ਸੁਣ ਲਏ ਚੱਲਦੇ ਤੇ ਹੁਣ ਮੂਹਰਲੇ ਚਾਰ ਚੱਲਦੇ ਕਰ ਰਹੇ ਹਾਂ 12 ਇੰਚੀ ਠੀਕ ਆ ਇਹਨਾਂ ਦੇ ਆ ਦੋ ਐਮਪ ਇਹਨਾਂ ਦੇ ਲਾਏ ਐਸ ਐਂਡ ਬੀ ਦੇ ਤੇ ਉਹਨਾਂ ਦੇ ਚਲਾਉਂਦੇ ਹਾਂ 15 ਇੰਚੀ ਦਾ ਡਨ ਹੈਗਾ ਉਹ ਐਮਪ ਐਸ ਐਂਡ ਬੀ ਦੇ ਸੈਟਿੰਗ ਤੇ ਇਹਨਾਂ ਦੀ ਸੈਟਿੰਗ ਕਰਕੇ ਫਿਰ ਇਹ ਵੀ ਡਨ ਕਰਕੇ ਫਿਰ ਉਸ ਤੋਂ ਬਾਅਦ ਆਪਣੀ ਪੱਕੀ ਵਾਇਰਿੰਗ ਕਰਨੀ ਰਹਿ ਜੀ ਸੈਟਿੰਗ ਹੁੰਦੀ ਹੁੰਦੀ ਆ ਕਿਉਂਕਿ ਰਾਤ ਨੂੰ ਫਿਰ ਸੈਟਿੰਗ ਨਹੀਂ ਨਾ ਹੋਣੀ ਰਾਤ ਨੂੰ ਵਾਇਰਿੰਗ ਕਰਕੇ ਪਾਣਾ ਹੈ ਨਾ ਜੀ ਮੈਂ ਕਿਹਾ ਵੀ ਰਾਤ ਨੂੰ ਸੈਟਿੰਗ ਨਹੀਂ ਨਾ ਹੋਣੀ ਫਿਰ ਲੋਕਾਂ ਕਰ ਬੇਸ ਉੱਤੇ ਪੈ ਗਿਆ ਪੰਗਾ ਰਾਤ ਨੂੰ ਨਹੀਂ ਲੈ ਸਕਦੇ ਕਿਉਂਕਿ ਤੁਹਾਨੂੰ ਪਤਾ ਕੋਈ ਵੀ ਇੱਕ ਚੀਜ਼ ਵੀ ਸਕਿਪ ਹੋ ਜਾਂਦੀ ਹੈ ਸਿਸਟਮ ਵੱਡਾ ਆ ਥੋੜਾ ਸੋਚ ਸਮਝ ਕੇ ਕਰਨਾ ਪੈਂਦਾ ਹੁਣ ਫਿਲਹਾਲ ਆਪਾਂ ਸੈਟਿੰਗ ਕਰ ਰਹੇ ਹਾਂ ਵੀ ਉਸ ਤੋਂ ਬਾਅਦ ਮੇਨ ਵਾਇਰਿੰਗ ਪਾਵਾਂਗੇ ਆਪਾਂ ਸਾਰਾ ਇਨਕਲੋਜ਼ਰ ਚੈੱਕ ਕਰ ਰਹੇ ਹਾਂ ਵੀ ਕਿਸੇ 'ਚ ਕੋਈ ਫੇਰ ਬਦਲ ਕਰਨ ਦੀ ਲੋੜ ਤਾਂ ਨਹੀਂ ਹੈਗੀ ਠੀਕ ਹੈ ਕਿਉਂਕਿ ਆਪਣੇ ਸਬ ਉਪਰ ਚੇਂਜ ਹੋਏ ਆ ਨਾ ਹਾਂ ਪਲਾਨ ਕੁਝ ਹੋਰ ਸੀਗਾ ਬਣਿਆ ਕੁਝ ਹੋਰ ਹੈ ਠੀਕ ਹੈ ਤੇ ਇਸ ਕਰਕੇ ਆਪਾਂ ਜੇ ਕੋਈ ਕੰਮ ਦੀ ਲੋੜ ਹੋਈ ਫਿਰ ਆਪਾਂ ਕਰ ਲਾਂਗੇ ਸੈੱਟ ਹੈ ਨਾ ਲਓ ਜੀ ਮਿੱਤਰੋ ਤੇ ਤੁਸੀਂ ਚੈੱਕ ਕਰ ਸਕਦੇ ਆ ਮੁੰਡੇ ਨੇ ਕਹਿੰਦੇ ਜਾਨੂ ਨੇ ਵਾਇਰਿੰਗ ਕਰਤੀ ਐਂਪਾਂ ਦੀ ਤੇ ਆਰਸੀ ਕੇਬਲਾਂ ਰਹਿ ਗਈਆਂ ਆਰਸੀ ਕੇਬਲਾਂ ਲਾ ਕੇ ਤੇ ਫਿਰ ਤੁਹਾਨੂੰ 12 ਇੰਚ ਵੀ ਵਜਾ ਕੇ ਦਿਖਾਉਣੇ ਆ ਹਨਾ ਸਾਰੇ ਤੇ 10 ਇੰਚ ਰਹਿ ਜਾਣਗੇ ਫਿਰ ਉਹ ਵੀ ਚਲਾਵਾਂਗੇ ਬਾਅਦ ਚ ਲਓ ਜੀ 6 ਦੇ ਹਿਸਾਬ ਨਾਲ ਬਹੁਤ ਵਧੀਆ ਵੱਜਦੇ ਆ ਹਜੇ ਤੱਕ ਦੇਖੋ ਦੂਰ ਤਾਂ ਬਾਹਲੇ ਜ਼ਿਆਦਾ ਸੁਣਦੇ ਆ ਓਏ ਅਲਟੀਮੇਟਰ ਦੀ ਬੈਲਟ ਲਿਆ ਕੇ ਚਾੜਦੀ ਆਪਾਂ ਸੋਹਣੀ ਲੈ ਕੇ ਆਏ ਸੀਗਾ ਹਜੇ ਇੱਕ ਚਾੜ ਕੇ ਇੱਕ ਚੜੀ ਸੀ ਉਹ ਆਪਾਂ ਮੋੜੇ ਆਉਣੇ ਆ ਹੁਣ ਸਹੀ ਆ ਕਰੰਟ ਪੂਰਾ ਆਉਣਾ ਤੇ ਬੈਟਰੀਆਂ ਡੈਡ ਹੋ ਗਈਆਂ ਸੀਗੀਆਂ ਲਓ ਜੀ ਮਿੱਤਰੋ ਤੇ ਆਪਾਂ ਚੋਪਰ ਦੀ ਜਿਹੜੀ ਬੈਲਟ ਇੱਕ ਐਕਸਟਰਾ ਲੈ ਕੇ ਆਏ ਸੀ ਦੋ ਬੈਲਟਾਂ ਲੈ ਕੇ ਆਏ ਸੀਗੇ ਤੇ ਇੱਕ ਤਾਂ ਚਾੜਤੀ ਆਪਾਂ 48 ਇੰਚੀ ਤੇ ਆ ਹੈਗੀ ਆ 49 ਤੇ ਹੁਣ ਇਹਨੂੰ ਮੋੜ ਕੇ ਆਉਣੇ ਹੈਗੇ ਉੱਥੇ ਹੰਡੇਸਰੇ ਤਾਂ ਨਾਲ ਹੀ ਹੈਗਾ ਚਲੋ ਚੱਲਦੇ ਹਾਂ 8-9 ਕਿਲੋਮੀਟਰ ਪੰਜਾਬ 'ਚ ਚੱਲੇ ਹਾਂ ਹਾਂ ਪੰਜਾਬ 'ਚ ਇਹ ਹਰਿਆਣੇ ਪੰਜਾਬ ਦੇ ਬਾਰਡਰ 'ਤੇ ਪੈ ਜਾਂਦਾ ਤੇ ਹੰਡੇਸਰਾ ਜਿਹੜਾ ਹੈ ਨਾ ਤੇ ਉੱਥੇ ਜਾਂਦੇ ਹਾਂ ਹੁਣ ਮੋੜੇ ਆ ਹਰਿਆਣੇ ਦਾ ਹੈਗਾ ਉੱਥੇ ਜਾ ਕੇ ਸਾਨੂੰ ਪੰਜਾਬੀ ਮਿਲ ਜਾਂਦੇ ਆ ਚਲੋ ਲਓ ਜੀ ਰਾਤ ਦੇ 10:30 ਵੱਜ ਚੁੱਕੇ ਆ ਤੇ ਕਹਿੰਦੇ ਹਰਮਨ ਵੀਰਾ ਲੱਗਿਆ ਪਿਆ ਕਹਿੰਦੇ ਸਿਰਾ ਕਰਾਉਣ ਹੈ ਜੀ ਮਤਲਬ ਚਲਾ ਕੇ ਦਿਖਾ ਸਕਦੇ ਆਪਾਂ ਇੱਕ ਮਿੰਟ ਤੁਹਾਨੂੰ ਚਲਾ ਕੇ ਦਿਖਾਉਂਦੇ ਹਾਂ ਸਾਈਡ ਵਾਲੀਆਂ ਲਾਈਟਾਂ ਲਾਤੀਆਂ ਦੇਖੋ ਤੇ ਦੋਨੇ ਸਾਈਡ ਤੋਂ ਇੱਕ ਮਿੰਟ ਚੈੱਕ ਕਰਾਉਣਾ ਮੈਂ ਕੁਛ ਇੱਦਾਂ ਲਾਤਾ ਹੁਣ ਮੁਰੋ ਉਹ ਯੈਲੋ ਨਿਓਨ ਲਾ ਕੇ ਤੇ ਵਿਚਾਲੇ ਸਕਰੀਨ ਫਿੱਟ ਕਰ ਦਿਆਂਗੇ ਬੱਕੇ ਇੱਧਰ ਕਰੋ ਗੱਲਬਾਤ ਚੈੱਕ ਬਾਈ ਨੇ ਫਿੱਟ ਕਰਤੀਆਂ ਲਾਈਟਾਂ ਤੇ ਇਸ ਤੋਂ ਬਾਅਦ ਸਾਈਡਾਂ ਵਾਲੇ ਫਰੇਮ ਤੇ LCD ਫਿੱਟ ਕਰਕੇ LCD ਸਾਰਾ ਕੁਝ ਚੱਲਦਾ ਕਰਨਾ ਨਾ ਜੀ ਅੱਜ ਆਪਾਂ ਤੇ ਸਿਸਟਮ ਦਾ ਜਿੱਦਾਂ ਤੁਹਾਨੂੰ ਪਤਾ ਹੀ ਹੈ ਇਕੱਲੇ ਸਾਈਡਾਂ ਵਾਲੇ ਬੂਫਰ ਨਹੀਂ ਚੱਲਦੇ ਕਿਤੇ ਕਿਉਂਕਿ ਇਹਨਾਂ ਦਾ ਹਜੇ ਏਅਰਵੈਂਟ ਕੱਢਣਾ ਹੈਗਾ ਇਹਨਾਂ ਦੀ ਵਾਇਰਿੰਗ ਅਸੀਂ ਰਾਤ ਨੂੰ ਕਰਕੇ ਮਤਲਬ ਛੱਡ ਦਾਂਗੇ ਸਵੇਰੇ ਉੱਠਣ ਸਾਰ ਹੀ ਮਤਲਬ ਜਦੋਂ ਮਿਸਤਰੀ ਆ ਜਾਣਗੇ ਨਾ ਉਹ ਨਾਲੇ ਏਅਰਵੈਂਟ ਕੱਢ ਦੇਣਗੇ ਠੀਕ ਆ ਨਾਲੇ ਆਪਾਂ ਦੇਖਣਾ ਹੈਗਾ ਵੀ ਕਿੰਨਾ ਕੁ ਏਅਰਵੈਂਟ ਕੱਢਣਾ ਉਸ ਹਿਸਾਬ ਨਾਲ ਬੇਸ 'ਤੇ ਅੱਛਾ ਚਲਾ ਤਾ ਦੇਖੋ ਕਰੋ ਚੈੱਕ ਇੱਕ ਮਿੰਟ ਘੈਂਟ ਲੱਗਦਾ ਪੂਰਾ ਉਸਤਾਹ ਦਾ ਮੂਹਰੋਂ ਵੀ ਪੂਰਾ ਵਧੀਆ ਦਿੰਦਾ ਹਾਂ ਤੇ ਬਾਕੀ ਜਦੋਂ ਸਾਰਾ ਰੈਡੀ ਹੋ ਗਿਆ ਤੁਹਾਨੂੰ ਦਿਖਾਵਾਂਗੇ ਆਹ ਬੈਟਰੀ ਸਹੀ ਆ ਇਹ ਹਜੇ ਫਿਲਹਾਲ 3 ਬੈਟਰੀਆਂ ਰੱਖੀਆਂ ਨੇ ਇੱਥੇ ਕੁਛ ਹੋਰ ਧਰ ਦਾਂਗੇ ਬਣਾ ਕੇ ਕਿਉਂਕਿ ਫਿਰ ਬੈਟਰੀ ਹਿੱਲੂਗੀ ਜਾਂ ਇਹਦਾ ਕੁਛ ਕਰਾਂਗੇ ਕੋਈ ਇਲਾਜ ਹੈ ਨਾ ਲਓ ਜੀ ਆ ਮੂਹਰਲੀ ਸਕਰੀਨ ਫਿੱਟ ਕਰਤੀ ਉੱਪਰ ਆਪਣੇ ਦੋ ਐਂਪ ਰੱਖਿਆ ਆ ਗਿਆ ਆਪਾਂ ਆਕਸ ਕੇਬਲ ਲਾਉਣ ਦਾ ਬੜਾ ਪੰਗਾ ਪਿਆ ਸੀ ਖੜ੍ਹ ਜਾ ਤੁਹਾਨੂੰ ਦਿਖਾਵਾਂ ਇਹ ਉਹ ਦੇਖੋ ਆਕਸ ਕੇਬਲ ਬਹੁਤ ਔਖੀ ਲਾਈ ਆ ਨਾ ਆਕਸ ਕੇਬਲ ਲਾਉਣੀ ਭੁੱਲ ਗਏ ਸੀਗੇ ਬਾਅਦ 'ਚੋਂ ਯਾਦ ਆਇਆ ਬਾਕੀ ਕਰਤਾ ਟਨ ਕੰਮ ਇਹਦਾ ਹੈ ਨਾ ਅਤੇ ਆਹ ਫਰੇਮ ਲਾ ਦਈਏ ਇਹਦੇ ਮੂਹਰੇ ਦਿਖਾਈਏ ਉਸਤਾਦ ਮਾੜਾ ਪਲਟ ਕੇ ਕਿਆ ਪਤਾ ਇੱਧਰਲੇ ਪਾਸੇ ਖੜ ਕੇ ਦਿਖਾ ਮਾੜਾ ਜਾ ਹਾਂ ਮਾੜੇ ਥੱਲੇ ਥੱਲੇ ਕਰ ਹੁਣ ਸਹੀ ਦਿੰਦਾ ਬਸ ਸੈੱਟ ਆ ਜਾਓ ਫਿੱਟ ਕਰ ਦਈਏ ਕਿਹੜਾ ਦਿਖਾਈਏ ਫਿਰ ਤੁਹਾਨੂੰ ਕੀ ਬਣਦਾ ਹੋ ਗਿਆ ਫਰੇਮ ਡਨ ਅਤੇ ਪੂਰਾ ਘੈਂਟ ਬਣ ਗਿਆ ਗੱਲਬਾਤ ਅਤੇ ਇੱਥੇ ਜਿਹੜੇ ਫਰੇਮ ਨੇ ਉਹ ਉਹਨਾਂ 'ਤੇ ਨਿਓਨ ਲਾ ਕੇ ਉਹਨਾਂ ਨੂੰ ਫਿੱਟ ਕਰ ਦਾਂਗੇ ਅਤੇ ਫਿਲਹਾਲ ਤਾਂ ਹੁਣ ਇਹਨਾਂ ਦੀ ਐਂਪਾਂ ਦੀ ਵਾਇਰਿੰਗ ਸ਼ੁਰੂ ਕਰਦੇ ਹਾਂ ਅਤੇ ਇਹਦੀ ਵਾਇਰਿੰਗ ਸਾਰੇ ਦੀ ਮੂਹਰੇ ਸਕਰੀਨ ਵਗੈਰਾ ਲੱਗ ਗਈ ਜਿੱਦਾਂ ਹੈ ਨਾ ਸਾਰਾ ਕੁਛ ਅਤੇ ਸੋਹਣਾ ਬਣ ਗਿਆ ਨਾ ਭਰਮਾ ਹੋ ਗਿਆ ਕੰਮ ਭਰਮਾ ਹੋ ਗਿਆ ਨਾ ਕੰਮ ਪਹਿਲਾਂ ਡਾਊਨਸਲਿੰਗ ਖਾਲੀ ਜੀ ਸੀ ਹੁਣ ਸੋਹਣਾ ਬਣ ਗਿਆ ਬਾਕੀ ਇਸ ਵਾਰ ਫਿਟਿੰਗ ਪੂਰੀ ਆ ਸਿਰਾ ਹੋਈ ਆ ਵੀ ਜਿਵੇਂ ਦਿਮਾਗ ਸੀਗਾ ਉਵੇਂ ਹੀ ਬਣਿਆ ਪਹਿਲਾਂ ਤਾਂ ਥੋੜ੍ਹਾ ਜਿਹਾ ਕੱਚਾ ਕੰਮ ਕੀਤਾ ਹੋਇਆ ਸੀਗਾ ਹੈ ਨਾ ਅਤੇ ਚਲੋ ਫਿਰ ਇਹਦੀ ਵਾਇਰਿੰਗ ਵੂਰਿੰਗ ਕਰੀਏ ਤੇ ਹੈ ਨਾ ਚੱਲਦਾ ਕਰੀਏ ਸਾਰਾ ਸਿਸਟਮ ਹਾਂ ਸਾਰਾ ਸਿਸਟਮ ਚੱਲਦਾ ਕਰੀਏ ਲਓ ਜਿਹੜਾ ਬਚਲਲਾ ਫਰੇਮ ਸੀਗਾ ਉਹ ਵੀ ਫਿੱਟ ਕਰਤਾ
ਤੇ ਹੁਣ ਸੈੱਟਾਂ ਵਾਲੇ ਫਰੇਮ ਸਵੇਰੇ ਕਰਾਂਗੇ ਕਿਉਂਕਿ ਉਹਨਾਂ ਚ ਨਿਓਨ ਲਾਉਣੀ ਆ ਨਾ ਹਜੇ ਗ੍ਰੀਨ ਉਹ ਲੈ ਕੇ ਨਹੀਂ ਆਏ ਆਪਾਂ ਹਾਂ ਰਹਿ ਗਈ ਅੱਜ ਉਹ ਰਹਿ ਗਈ ਅੱਜ ਕੋਈ ਨਾ ਤੇ ਉਹ ਸਵੇਰੇ ਲਿਆ ਕੇ ਸਿਸਟਮ ਦੀ ਵਾਇਰਿੰਗ ਪੱਕੀ ਕਰਨੀ ਰਹਿੰਦੀ ਆ ਤੇ ਉਹ ਕਰਕੇ ਬਾਕੀ ਦਾ ਕੰਮ ਡਨ ਕਰਤਾ ਆ ਮੂਰਲਾ ਫਰੇਮ ਸਵੇਰੇ ਕੱਟ ਕਰਕੇ ਉਹ ਤੇ ਛੇਤੀ ਛੇਤੀ ਲੈਦਰ ਚਾੜ ਦਾਂਗੇ ਉਹਦੇ ਲਈ ਵੀ ਨਿਓਨ ਚਾਹੀਦੀ ਆ ਗ੍ਰੀਨ ਉਹ ਚ ਗ੍ਰੀਨ ਲੱਗਣੀ ਆ ਤਾਂ ਕਰਕੇ ਹਨਾ ਵੀ ਓਕੇ ਆ ਲਓ ਜੀ ਮਿੱਤਰੋ ਤੇ ਕਿਵੇਂ ਲੱਗਿਆ ਵਲੋਗ ਕਮੈਂਟ ਕਰਕੇ ਜ਼ਰੂਰ ਦੱਸਿਓ ਫਾਈਨਲੀ ਘਰ ਪਹੁੰਚ ਚੁੱਕੇ ਹਾਂਗੇ ਉਹ ਤੁਸੀਂ ਅਗਲੇ ਵਲੋਗ ਦੇ ਵਿੱਚ ਦੇਖਿਓ ਬਹੁਤ ਥੱਕ ਗਏ ਤੇ ਬਾਕੀ ਓਕੇ ਇੰਜੋਏ ਕਰਿਆ ਹੋਊਗਾ ਤੇ ਜਾਣ ਲੱਗੇ ਕਮੈਂਟ ਜ਼ਰੂਰ ਕਰ ਦਿਓ ਅਤੇ ਲਾਈਕ ਕਰ ਦਿਓ ਯਾਰ ਸ਼ੇਅਰ ਕਰ ਦਿਓ ਬਹੁਤ ਮਿਹਨਤ ਲੱਗ ਗਈ ਸਾਡੀ ਹੈ ਨਾ ਰਾਤ ਨੂੰ ਬੂਫਰ ਲੈ ਕੇ ਆਏ ਫਿਰ ਉੱਥੋਂ ਆ ਕੇ ਉੱਥੇ ਫਿੱਟ ਕਰਾਏ ਦੋ ਰਾਤਾਂ ਜਾ ਕੇ ਕੰਮ ਕੀਤਾ ਵੀ ਛੇਤੀ ਛੇਤੀ ਹੋ ਜਾਵੇ ਯਾਰ ਸ਼ੇਅਰ ਕਰ ਦਿਓ ਠੀਕ ਆ ਕਮੈਂਟ ਲਾਈਕ ਤਾਂ ਕਰ ਦਿਓ ਲਾਈਕ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਆ ਚਲੋ ਅੱਜ ਦੇ ਵਲੋਗ 'ਤੇ ਆਪਾਂ ਹੈ ਨਾ 15,000 ਲਾਈਕ ਦਾ ਏਮ ਰੱਖਦੇ ਹਾਂ 15,000 ਲਾਈਕ ਕਰ ਦਿਓ ਅਤੇ ਵਧੀਆ ਯਾਰ ਹੈ ਨਾ ਕਰ ਦਿਓ ਯਾਰ ਠੀਕ ਆ ਮੰਨ ਲਿਆ ਕਰੋ ਠੀਕ ਆ ਓਕੇ ਜੀ ਜਾਣ ਲੱਗੇ ਡਿਸਕ੍ਰਿਪਸ਼ਨ 'ਚ ਮੈਂ ਤੁਹਾਨੂੰ ਲਿੰਕ ਦੇ ਦੂੰਗਾ ਆਪਣੇ ਇੰਸਟਾਗ੍ਰਾਮ ਦਾ ਸਾਰੇ ਜਾਣੇ ਜ਼ਰੂਰ ਫੋਲੋ ਕਰਿਓ ਅਤੇ ਓਕੇ ਬਾਏ ਬਾਏ।